प्याज तो बगैर जिंदगी एक तरीके सानू लगता है कि यानी अधूरी रह गई। पर की आखिर क्यों सानू लोड़ पई अज प्याज बारे गल करन दी कि जेडे गंडे दे विचले फ्लेवोनॉइड हुंदे ने ਉਹ ਨੇ ਅਸਲੀ ਇਹਦੇ ਗੁਣਕਾਰੀ ਤੱਤ ਜਿਹੜੇ ਅਸਲ ਵਿੱਚ ਯਾਨੀ ਸਾਰਾ ਕੁਝ ਸਾਨੂੰ ਦਿੰਦੇ ਨੇ ਤੇ ਉਹ ਗੰਢੇ ਦੀ ਸਿਰਫ ਬਾਹਰਲੀ ਪਰਤ ਵਿੱਚ ਹੀ ਹੁੰਦੇ ਨੇ। ਯਾਨੀ ਖਿਆਲ ਕਰੋ ਜਦੋਂ ਅਸੀਂ ਗੰਢਾ ਛਿੱਲਿਆ ਪਤਲੀ ਬਿਲਕੁਲ ਛਿੱਲੜ ਬਾਹਰਲੀ ਲਾਲ ਜਿਹੜੀ ਤੁਸੀਂ ਲਾਂਦਿਆਂ ਲਾਂਦਿਆਂ ਬਾਹਰਲੀ ਪਹਿਲੀ ਬਰੀਕ ਪਰਤ ਵੀ ਨਾਲ ਲਾ ਜਾਂਦੇ ਹੋ ਯਾਨੀ ਗੰਢੇ ਦਾ ਅਸਲ ਤੱਤ ਤਾਂ ਕੱਢਤਾ ਤੁਸੀਂ ਫੋਕ ਖਾਣ ਲੱਗੇ ਹੋ। अच्छा ओके जदो भी गंढा वर्तना जे बाहरली पतली छिलड़ सिर्फ छिलड़ ही समझ लो जे सोने दे भा दी चीज खरीदी है तो कल्ली ही छिलड़ उतरे ओदे नाल किसी भी हाल विच बाहरली परत नहीं निकलनी चाहिदी। प्याज सिर्फ लाल पतला छिलड़ ही छिलना जे जी डॉक्टर बहुत ही मैं कहनी हां कि तुसी कीमती गल दसी है जे इन्ना गुणकारी है क्योंकि मेरे वर्गे बहुत ने जेडे पहली परत भी ला देंगे ने कि धोना पौगा नहीं तो चंगी तरह क्योंकि उसे थोड़ा थोड़ा वो काला काला लग्या हुंदा कई वारी सो चक्कर भी ला देंगे उस बारे भी दस दया काली चीज हुंदी जे उल्ली ਉਹ ਕਿਸੇ ਵੀ ਹਾਲ ਵਿਚ ਨਹੀਂ ਵਰਤਣੀ ਚਾਹੀਦੀ। ਸੋ ਗੰਢਾ ਉਹੀ ਚੁੱਕੋ ਜਿਸ ਵਿਚ ਉਹ ਕਾਲਾ ਰੰਗ ਨਹੀਂ ਹੈ। ਮੈਂ ਅੱਗੇ ਅੱਗੋਂ ਵੀ ਦੱਸਾਂਗੀ ਕਿ ਉਹ ਕਿੰਨਾ ਖਤਰਨਾਕ ਹੋ ਜਾਂਦਾ। ਯਾਨੀ ਅਸੀਂ ਜੋ ਪਿਆਜ ਲੈਣੇ ਆ ਜੇ ਉਹਦੇ ਵਿਚ ਕਾਲਾਪਨ ਲਾਣ ਲਈ ਅਸੀਂ ਸੁੱਟਤਾ ਦਾ ਮਤਲਬ ਉਹ ਉੱਲੀ ਖਤਰਨਾਕ ਕਿਸਮ ਦੀ ਉੱਲੀ ਸੀ ਜਿਸ ਤੋਂ ਬਚਣ ਲਈ ਅਸੀਂ ਉਹਦੀ ਬਾਹਰਲੀ ਪਰਤ ਵੀ ਲਾ ਦਿੱਤੀ। ਯਾਨੀ ਇੱਕ ਤਾਂ ਵੈਸੇ ਹੀ ਖਰਾਬ ਸੀ ਇੱਕ ਉੱਤੋਂ ਅਸੀਂ ਉਹਦੀ ਅਸਲ ਜਿਹੜੀ ਖੁਰਾਕ ਜਿੱਥੇ ਫਲੇਵੋਨਾਈਡ ਜਿਨ੍ਹਾਂ ਨੇ ਅਸਰ ਦਿਖਾਉਣਾ ਉਹ ਵੀ ਲਾ ਦਿੱਤੀ। ਇਹਦਾ ਮਤਲਬ ਉਹਦੇ ਵਿੱਚ ਅਜੇ ਪੋਲੀਫਿਨੋਲ ਵੀ ਹੁੰਦਾ ਜੇ ਜੋ ਸਾਰੇ ਕਿਸਮਾਂ ਦੀਆਂ ਸਬਜ਼ੀਆਂ ਥੋਮ ਟਮਾਟਰ ਗਾਜਰਾਂ ਨਾਲੋਂ 3 ਗੁਣਾ ਵੱਧ ਜੇ ਸਿਰਫ ਬਾਹਰਲੀ ਪਰਤ ਵਿੱਚ। ਮੈਂ ਫਿਰ ਦੁਬਾਰਾ ਦੁਹਰਾ ਦਿਆਂ ਜੇ ਕਾਲਾ ਰੰਗ ਸਦਕਾ ਤੁਸੀਂ ਬਾਹਰਲੀ ਪਰਤ ਸੁੱਟ ਰਹੇ ਹੋ ਤਾਂ ਮਤਲਬ ਉਹ ਗੰਢੇ ਨਾ ਖਰੀਦੋ ਉਹ ਖਰਾਬ ਹੋ ਚੁੱਕੇ ਨੇ ਉੱਲੀ ਲੱਗੀ ਹੈ ਤੇ ਜੇ ਉਹਦੀ ਬਾਹਰਲੀ ਪਰਤ ਲਾ ਕੇ ਸਿਰਫ ਸਵਾਦ ਵਜੋਂ ਖਾਣੇ ਜੇ ਖਾ ਲਓ ਪਰ ਉਹਦੇ ਵਿੱਚੋਂ ਫਾਇਦਾ ਨਹੀਂ ਲੈ ਸਕਦੇ। ਹੁਣ ਇਹਨੂੰ ਪਕਾਉਣ ਦਾ ਦੇਖੋ ਬਹੁਤ ਸਾਰੇ ਲੋਕ ਹਾਲਾਂਕਿ ਹਰ ਘਰ ਵਿੱਚ ਇਹ ਕੋਈ ਵੀ ਵਿਰਲਾ ਹੋਣਾ ਜਿੱਥੇ ਕੁਝ ਵੀ ਨਾ ਹੋਵੇ ਤਾਂ ਲੋਕ ਸੁੱਕੀ ਰੋਟੀ ਨਾਲ ਪਿਆਜ ਖਾ ਜਾਂਦੇ ਆ। ਪਰ ਇਸ ਵਿੱਚ ਫਾਇਦਾ ਲੈਣ ਲਈ ਵੀ ਹੁਣ ਵਰਤੋਂ ਜ਼ਰਾ ਤੱਕ ਧਿਆਨ ਨਾਲ ਸੁਣੋ ਕਿ ਜਦੋਂ ਸੂਪ ਬਣਾਉਣ ਵਿੱਚ ਗੰਢੇ ਪਾਣੇ ਹੋਣ ਤਾਂ ਹਮੇਸ਼ਾ ਮੱਧਮ ਅੱਗ ਤੇ ਪਕਾਣੇ ਚਾਹੀਦੇ ਨੇ ਯਾਨੀ ਮੀਡੀਅਮ ਹੋਏ ਹਾਈ ਫਲੇਮ ਤੇ ਕਦੇ ਵੀ ਨਹੀਂ ਰੱਖਣੀ। ਉਹਦੇ ਵਿੱਚੋਂ ਉਹ ਪੂਰਾ ਗੰਢਿਆਂ ਵਿਚਲਾ ਜਿਹੜਾ ਐਂਟੀ ਆਕਸੀਡੈਂਟ ਖਾਸ ਕਰ ਜਿਵੇਂ ਮੈਂ ਫਲੇਵੋਨੋਇਡ ਦੱਸਿਆ ਉਹ ਕੁਦਰਤੀ ਰੂਪ ਵਿੱਚ ਪਾਣੀ ਵਿੱਚ ਬਾਹਰ ਉਦੋਂ ਹੀ ਆਏਗਾ ਜਦੋਂ ਹਲਕੀ ਮੱਧਮ ਅੱਗ ਦੇ ਵਿੱਚ ਉਹਨੂੰ ਸੂਪ ਦੇ ਵਿੱਚ ਤੁਸੀਂ ਕਾੜ ਰਹੇ ਹੋ। ਹੁਣ ਜਦੋਂ ਵੀ ਤੇਜ਼ ਕੀਤੀ ਅਸੀਂ ਹਾਈ ਤੇ ਤੁਸੀਂ ਕਰਕੇ ਕਿਹਾ ਮੈਂ ਚੀਜ਼ ਬਣਾਉਂਦੇ ਹਾਂ ਹਾਈ ਤੇ ਕਰਦਿਆਂ 20 ਸਕਿੰਟਾਂ ਵਿੱਚ ਫਲੇਵੋਨੋਇਡ ਸਾਰੇ ਖਤਮ ਹੋ ਜਾਂਦੇ ਨੇ ਯਾਨੀ ਤੁਸੀਂ ਉਹ ਪਿਆਜ ਨੂੰ ਫਿਰ ਵੀ ਜ਼ਾਇਆ ਕਰ ਦਿੱਤਾ। ਹੁਣ ਤੜਕੇ ਲਾਉਣ ਲਈ ਜੋ ਬਹੁਤ ਇੰਪੋਰਟੈਂਟ ਚੀਜ਼ ਦੱਸਣਾ ਚਾਹੁੰਦੀ ਹਾਂ ਜਿਹੜੀਆਂ ਇਹ ਖੋਜਾਂ ਦੇ ਆਧਾਰ ਤੇ ਮੈਂ ਫਿਰ ਦੁਬਾਰਾ ਦੱਸ ਰਹੀ ਹਾਂ ਸਿਰਫ ਖੋਜਾਂ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਕਿ ਜਦੋਂ ਵੀ ਤੜਕਾ ਕੋਈ ਹੁੰਦਾ ਕਿਉਂਕਿ ਪੰਜਾਬੀਆਂ ਨੂੰ ਤੜਕੇ ਤੋਂ ਬਗੈਰ ਸਵਾਦ ਹੀ ਨਹੀਂ ਆਉਂਦਾ। ਬਿਲਕੁਲ ਪੰਜਾਬ ਦੇ ਵਿੱਚ ਤਾਂ ਗੰਢਾ ਵਰਤੇ ਹੀ ਤੜਕੇ ਵਾਸਤੇ ਜਾਂਦਾ ਸਾੜ ਸਾੜ ਕੇ ਰਿੰਨ ਰਿੰਨ ਕੇ ਮਲਿੰਦਾ ਬਣਾ ਦਿੱਤਾ ਜਾਂਦਾ ਬਿਲਕੁਲ ਪੂਰੀ ਤਰ੍ਹਾਂ। ਹੁਣ ਇਹ ਵੀ ਦੱਸ ਦਿਆਂ ਵੀ ਉਹਦੇ ਚ ਤੁਸੀਂ ਹਾਨੀਕਾਰਕ ਤੱਤ ਪੈਦਾ ਕਰ ਦਿੰਦੇ ਉਹਦੇ ਵਿੱਚ ਯਾਨੀ ਫਾਇਦਾ ਤਾਂ ਕੀ ਲੈਣਾ ਤੁਸੀਂ ਇੱਕ ਜੀਵ ਦੇ ਅਗਲੇ ਸਿਰੇ ਦੇ ਸਵਾਦ ਵਾਸਤੇ ਉਹਨੂੰ ਸਗੋਂ ਹਾਨੀਕਾਰਕ ਕਰ ਦਿੰਦੇ ਹੋ। ਹੁਣ ਹੁੰਦਾ ਕੀ ਜੇ ਸਿਰਫ 7 ਮਿੰਟ ਸਿਮ ਦੇ ਉੱਤੇ ਉਹਨੂੰ ਭੁੰਨਿਆ ਜਾ ਸਕਦਾ ਉਹਦੇ ਵਿੱਚ ਵੀ ਤੁਸੀਂ ਇਹ ਦੇਖ ਲਓ ਜੇ ਕੋਸ਼ਿਸ਼ ਕਰੋ ਜੇ 5 ਮਿੰਟ ਹੀ ਸਿਮ ਉੱਤੇ ਹਲਕਾ ਹਲਕਾ ਭੁੰਨੋ ਤਾਂ ਉਸ ਫਲੇਵੋਨੋਇਡ ਜਿਹੜੇ ਤੁਹਾਡੀ ਸਬਜ਼ੀ ਬਾਅਦ ਵਿੱਚ ਪੈਣੀ ਜੇ ਜਿਸ ਚ ਉਹ ਲਗਭਗ 70-80% ਫਲੇਵੋਨੋਇਡ ਬਚ ਜਾਂਦੇ ਨੇ ਜੋ ਤੁਹਾਨੂੰ ਫਾਇਦਾ ਦੇਣੇ ਹੁੰਦੇ ਨੇ। ਯਾਨੀ ਕੋਸ਼ਿਸ਼ ਕਰੋ ਮੱਧਮ ਅੱਗ ਤੇ 5 ਮਿੰਟ ਤੋਂ ਉੱਪਰ ਕਿਸੇ ਵੀ ਹਾਲ ਚ ਪਿਆਜ਼ ਨਹੀਂ ਭੁੰਨਣਾ ਚਾਹੇ ਉਹ ਬਰਾਊਨ ਹੋਵੇ ਜਾਂ ਨਾ ਮਤਲਬ ਬਰਾਊਨ ਹੋਈ ਜਾਏਗਾ ਕੋਈ ਗੱਲ ਨਹੀਂ। ਹਾਂਜੀ ਬਰਾਊਨ 5 ਮਿੰਟ ਤਾਂ ਹੋ ਹੀ ਜਾਂਦਾ ਤੁਸੀਂ ਯਾਨੀ ਜਦੋਂ ਇੱਕ ਵਾਰ ਤੇਲ ਤੁਹਾਡਾ ਗਰਮ ਹੈ ਤਾਂ ਜਦੋਂ ਵਿੱਚ ਪਿਆਜ਼ ਪਾਓਗੇ ਤਾਂ ਉਹ ਹੋ ਹੀ ਜਾਣਾ। ਵੈਸੇ ਮੈਂ ਹੁਣ ਵੀ ਦੱਸ ਦਿਆਂ ਤੇਲ ਨਾ ਵਰਤਿਆ ਕਰੋ ਜੇ ਵਰਤਣਾ ਹੀ ਹੈ ਤੇਲ ਜਾਂ ਤਾਂ ਤਿੰਨਾਂ ਦਾ ਹਲਕਾ ਜਿਹਾ ਤੇਲ ਪਾ ਲਿਆ ਕਰੋ ਜਾਂ ਮਾੜਾ ਜਿਹਾ ਓਲਿਵ ਆਇਲ ਨਾ ਕਿਵੇਂ ਕਰਿਓ ਵਰਜਿਨ ਕੋਕੋਨਟ ਆਇਲ ਮਾੜਾ ਜਿਹਾ ਪਾ ਲਓ ਤੇ ਨਹੀਂ ਫਿਰ ਦੇਸੀ ਘਿਓ ਪਾ ਕੇ ਖਾਓ ਦੇਖੋ ਤੁਹਾਡੀ ਸਿਹਤ ਕਿਵੇਂ ਤਗੜੀ ਰਹਿੰਦੀ ਜੇ। ਸੈਲਡ ਵਗੈਰਾ ਤੇ ਪਾਣੀ
ਜਾਂ ਜਦੋਂ ਤੁਸੀਂ ਯਾਨੀ ਸਬਜ਼ੀ ਇੱਕ ਤਰੀਕੇ ਤੁਸੀਂ ਭੁੰਨ ਚੁੱਕੇ ਉਸ ਤੋਂ ਬਾਅਦ ਵਿੱਚ ਤੁਸੀਂ ਅੱਧਾ ਕੁ ਚਮਚ ਪਾਣਾ ਤਾਂ ਉਹ ਤੁਹਾਨੂੰ ਅਸਰ ਦੇ ਸਕਦਾ। ਥੋਮ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਤਿੱਖੀ ਖੁਸ਼ਬੂ ਨਿਕਲਦੀ ਹੈ ਆਪਾਂ ਸਾਰਿਆਂ ਨੂੰ, ਉਹ ਹੁੰਦੀ ਹੈ ਐਕਚੁਅਲੀ ਸਲਫਰ ਦੇ ਕਾਰਨ ਜੀ। ਹੁਣ ਇਸੇ ਤਰ੍ਹਾਂ ਗੰਢੇ ਚ ਵੀ ਸਲਫਰ ਕਾਫੀ ਜ਼ਿਆਦਾ ਹੈ। ਅਸਲ ਚ ਜਰਨਲ ਚ ਛਪੀ ਹੋਈ ਸਾਡੀ ਚੀਜ਼ ਹੈ ਜਰਨਲ ਆਫ ਐਗਰੀਕਲਚਰ ਫੂਡ ਐਂਡ ਕੈਮੀਕਲਸ ਦੇ ਵਿੱਚ, ਇਹ ਯਾਨੀ ਉਹਦੇ ਉੱਤੇ ਖੋਜ ਛਪੀ ਹੋਈ ਹੈ ਕਿ ਸਬਜ਼ੀਆਂ ਵਿੱਚ ਜੇ ਤੁਸੀਂ ਜਦੋਂ ਚਾੜਨ ਲੱਗਦੇ ਹੋ ਥੋਮ ਤੇ ਗੰਢਾ ਪਾ ਲੈਂਦੇ ਹੋ ਹਰ ਵਾਰ, ਤਾਂ ਇਹ ਜਿੰਨੀ ਤੁਸੀਂ ਪੂਰੀ ਖੁਰਾਕ ਖਾਧੀ ਉਸ ਵੇਲੇ ਉਹਦੇ ਵਿਚਲੇ ਜ਼ਿੰਕ ਤੇ ਲੋਹ ਕਣ ਜਿਹੜੀ ਪੂਰੀ ਬਾਕੀ ਸਬਜ਼ੀ ਖਾਧੀ ਜਾਂ ਫਲ ਖਾਧੇ ਜਾਂ ਸਾਰਿਆਂ ਤੋਂ ਹਜ਼ਮ ਕਰਨ ਲਈ, ਸਿਰਫ ਇਹ ਦੋ ਚੀਜ਼ਾਂ ਸਦਕਾ ਹੀ ਤਿੰਨ ਗੁਣਾ ਹਜ਼ਮ ਕਰ ਸਕਦੇ ਹੋ। ਯਾਨੀ ਆਪਣੇ ਜੋ ਜ਼ਿੰਕ ਤੇ ਲੋਹ ਕਣ ਦੀਆਂ ਤੁਸੀਂ ਦਵਾਈਆਂ ਦੇ ਯਾਨੀ ਅੰਬਾਰ ਲਏ ਹੁੰਦੇ ਜੇ ਨਾ, ਉਹ ਸਿਰਫ ਤੇ ਸਿਰਫ ਥੋਮ ਤੇ ਪਿਆਜ਼ ਠੀਕ ਤਰ੍ਹਾਂ ਭੁੰਨਣ ਨਾਲ ਤੁਸੀਂ ਸਾਰਾ ਕੁਛ ਸਬਜ਼ੀ ਵਿੱਚੋਂ ਉਹ ਜੋ ਨੈਚੁਰਲ ਆ ਰਿਹਾ ਤੁਹਾਨੂੰ ਤਿੰਨ ਗੁਣਾ ਵੱਧ ਲੈ ਸਕਦੇ ਹੋ। ਠੀਕ ਹੈ।